ਬ੍ਰਿਟਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਂਗਰਸ ਦੇ ਮੰਥਨ ਦੀ। ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੀ ਦੂਜੀ ਮੀਟਿੰਗ ਚੱਲ ਰਹੀ ਹੈ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਪਾਰਟੀ ਦੇ ਮੁੱਖ ਦਫ਼ਤਰ ਪਹੁੰਚੇ ਹੋਏ ਨੇ। ਦੱਸਦੇ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਹਾਰ ਦੇ ਕਾਰਨਾਂ ਤੇ ਮੰਥਨ ਕੀਤਾ ਜਾ ਰਿਹਾ ਹੈ। ਗੁਰਪ੍ਰੀਤ ਕਾਂਗੜ, ਰਜ਼ੀਆ ਸੁਲਤਾਨਾ ਤੇ ਲਖਵੀਰ ਲੱਖਾ ਮੀਟਿੰਗ ਦੇ ਵਿੱਚ ਮੌਜੂਦ ਨੇ। ਇਸ ਇਲਾਵਾ ਗੁਰਕੀਰਤ ਕੋਟਲੀ ਸਣੇ ਕਾਂਗਰਸ ਦੇ ਕਈ ਹੋਰ ਹਾਰੇ ਉਮੀਦਵਾਰ ਵੀ ਹਾਜ਼ਰ ਨੇ। ਪੰਜਾਬ ਕਾਂਗਰਸ ਦੀ ਦੂਜੀ ਮੀਟਿੰਗ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਪਾਰਟੀ ਦੇ ਮੁੱਖ ਦਫ਼ਤਰ ਜੋ ਨੇ ਉਹ ਪਹੁੰਚੇ। ਇਹ ਦੱਸਦੀ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਹਾਰ ਦੇ ਕਾਰਨਾਂ ਤੇ ਮੰਥਨ ਕੀਤਾ ਜਾ ਰਿਹਾ। ਖਾਸ ਤੌਰ ਤੇ ਗੁਰਪ੍ਰੀਤ ਕਾਂਗੜ, ਰਜ਼ੀਆ ਸੁਲਤਾਨਾ, ਲਖਵੀਰ ਲੱਖਾ ਇਸ ਮੀਟਿੰਗ 'ਚ ਮੌਜੂਦ ਨੇ। ਇਸ ਤੋਂ ਇਲਾਵਾ ਗੁਰਕੀਰਤ ਕੋਟਲੀ ਸਣੇ ਕਾਂਗਰਸ ਦੇ ਕਈ ਹੋਰ ਹਾਰੇ ਹੋਏ ਉਮੀਦਵਾਰ ਵੀ ਹਾਜ਼ਰ ਨੇ। ਅੱਜ ਫੀਡਬੈਕ ਜੋ ਨੇ ਉਹ ਲਏ ਜਾ ਰਹੇ ਨੇ ਸਾਰੇ ਉਮੀਦਵਾਰਾਂ ਦੇ ਕਿ ਆਖਰ ਕਿਹੜੀਆਂ ਕਮੀਆਂ ਰਹੀਆਂ ਨੇ, ਕਿਹੜੀਆਂ ਖਾਮੀਆਂ ਰਹੀਆਂ ਨੇ ਜਿਸ ਦੇ ਚੱਲਦੇ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਫੀਡਬੈਕ ਲੈ ਕੇ ਹਾਈਕਮਾਨ ਨੂੰ ਰਿਪੋਰਟ ਸੌਂਪੀ ਜਾਏਗੀ। ਗੁਰਪ੍ਰੀਤ ਕਾਂਗੜ, ਰਜ਼ੀਆ ਸੁਲਤਾਨਾ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ। ਦੂਜੇ ਪਾਸੇ ਗੁਰਕੀਰਤ ਕੋਟੀ ਸਣੇ ਕਾਂਗਰਸ ਦੇ ਕਈ ਹੋਰ ਹਾਰੇ ਉਮੀਦਵਾਰ ਵੀ ਹਾਜ਼ਰ ਨੇ। ਹਰ ਕੋਈ ਆਪਣਾ ਫੀਡਬੈਕ ਦੇ ਰਿਹਾ ਹੈ। ਇਹ ਪੂਰੀ ਰਿਪੋਰਟ ਜੋ ਹੈ ਕਹਿ ਸਕਦੇ ਹਾਂ ਕਿ ਪੂਰਾ ਖਾਕਾ ਤਿਆਰ ਕੀਤਾ ਜਾਏਗਾ ਤੇ ਹਾਈਕਮਾਨ ਨੂੰ ਸੌਂਪਿਆ ਜਾਏਗਾ। ਹਾਲਾਂਕਿ ਇਸ ਪੂਰੀ ਹਾਰ ਦੀ ਜ਼ਿੰਮੇਵਾਰੀ ਹਰੀਸ਼ ਚੌਧਰੀ ਦੇ ਵੱਲੋਂ ਲਈ ਗਈ ਹੈ। ਹਰੀਸ਼ ਚੌਧਰੀ ਨੇ ਪੂਰੀ ਜ਼ਿੰਮੇਵਾਰੀ ਲਈ ਹੈ। ਉਹਨਾਂ ਕਿਹਾ ਕਿ ਹਾਰ ਦੀ ਉਹ ਜ਼ਿੰਮੇਵਾਰੀ ਲੈਂਦੇ ਨੇ ਤੇ ਫੀਡਬੈਕ ਵੀ ਲਏ ਜਾ ਰਹੇ ਨੇ। ਹਰ ਕਿਸੇ ਦਾ ਫੀਡਬੈਕ ਇੱਕ ਰਿਪੋਰਟ ਜ਼ਰੀਏ ਹਾਈਕਮਾਨ ਨੂੰ ਸੌਂਪਿਆ ਜਾਏਗਾ। ਉਧਰ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਮੀਡੀਆ ਦੇ ਸਾਹਮਣੇ ਆਏ ਪਰ ਕੁਝ ਵੀ ਬੋਲਣ ਤੋਂ ਟਾਲਾ ਪੱਟਦੇ ਹੋਏ ਨਜ਼ਰ ਆਏ। ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੀ ਇਹ ਦੂਜੀ ਮੀਟਿੰਗ ਹੈ ਜੋ ਚੱਲ ਰਹੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਇਸ ਮੀਟਿੰਗ ਦੇ ਵਿੱਚ ਜਿੱਥੇ ਕਿ ਮੌਜੂਦ ਨੇ। ਦੱਸਦੇ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਹਾਰ ਦੇ ਕਾਰਨਾਂ ਤੇ ਬਾਕਾਇਦਾ ਮੰਥਨ ਹੋ ਰਿਹਾ ਕਿ ਕਿਹੜੀਆਂ ਖਾਮੀਆਂ, ਕਿਹੜੀਆਂ ਉਹ ਤਰੁੱਟੀਆਂ ਰਹੀਆਂ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ। ਪਾਰਟੀ ਹਾਈਕਮਾਨ ਨੂੰ ਹੁਣ ਰਿਪੋਰਟ ਜੋ ਹੈ ਉਹ ਸੌਂਪੀ ਜਾਏਗੀ। ਤਾਂ ਪੰਜ ਸੂਬਿਆਂ ਦੇ ਵਿੱਚ ਜਿੱਥੇ ਕਿ ਵਿਧਾਨ ਸਭਾ ਚੋਣਾਂ ਹੋਈਆਂ ਪਰ ਅਜਿਹੇ ਦੇ ਵਿੱਚ ਕਾਂਗਰਸ ਦੀ ਹਾਰ ਹੋਈ ਹੈ। ਖਾਸ ਤੌਰ ਤੇ ਯੂਪੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕਰਾਰੀ ਹਾਰ ਦਾ ਸਾਹਮਣਾ ਜੋ ਹੈ ਉਹ ਕਾਂਗਰਸ ਨੂੰ ਕਰਨਾ ਪਿਆ। ਉਮੀਦ ਦੇ ਨਾਲ ਬਹੁਤ ਹੀ ਘੱਟ ਨਤੀਜੇ ਜੋ ਨੇ ਉਹ ਸਾਹਮਣੇ ਆਏ ਤਾਂ ਦੋ ਸੀਟਾਂ ਤੇ ਹੀ ਸਿਮਟ ਕੇ ਕਾਂਗਰਸ ਰਹਿ ਗਈ। ਅਜਿਹੇ ਦੇ ਵਿੱਚ ਹੁਣ ਮੰਥਨ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਹਾਲਾਤ ਜੋ ਬਣੇ ਨੇ ਕਿੱਥੇ ਗਈਆਂ ਤੇ ਪੰਜਾਬ ਦੇ ਵਿੱਚ ਵੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਜੋ ਨੇ ਹੁਣ ਮੰਥਨ ਕਰ ਰਹੇ ਨੇ। तौर पर सबसे मिला हूँ, सभी कैंडिडेट उम्मीदवारों से मैं मिलूंगा, ठीक है ना। ये हालात जो नीचे हुए हैं उसके कारण पता करूंगा और जुम्मेवारी की बात जहाँ तक सवाल है, ये व्यक्तिगत तौर पर एज ए इंचार्ज मेरी जुम्मेवारी है। अभी तक मैंने 25% लोगों से सुना है, 75 से सुन रहे हैं।